ਹੈਲੋ ਗਾਈਜ਼, ਵੈਲਕਮ ਕਰਦੇ ਹਾਂ ਅਸੀਂ ਅੱਜ ਦੇ ਨਵੇਂ ਵਲੌਗ ਦੇ ਵਿੱਚ, ਨਵੀਂ ਵੀਡੀਓ ਦੇ ਵਿੱਚ, ਨਵੀਂ ਵੀਡੀਓ ਦੇ ਨਾਲ। ਅਤੇ ਅੱਜ ਅਸੀਂ ਤੁਹਾਡੇ ਸਾਹਮਣੇ ਫਿਰ ਨਵਾਂ ਅੱਜ ਕਾਰਟੂਨ ਕਰੈਕਟਰ ਲੈ ਕੇ ਆਏ ਹਾਂ, ਜੋ ਇਸਦਾ ਨਾਂ ਕਾਰਟੂਨ ਦਾ ਬਣੀ ਆ। ਅਤੇ ਅੱਜ ਇਹਨੂੰ ਆਪਾਂ ਡਰੋ ਕਰ ਲਿਆ ਹੋਇਆ ਪੈਨਸਲ ਦੇ ਨਾਲ, ਹੁਣ ਆਪਾਂ ਇਹਨੂੰ ਪੇਂਟ ਪੇ ਕਰਨ ਲੱਗੇ ਹਾਂ। ਬਣੇ ਰਹੋ ਵੀਡੀਓ ਦੇ ਨਾਲ, ਵੀਡੀਓ ਸਾਰੀ ਵੇਖ ਕੇ ਜਾਇਓ, ਸਕਿੱਪ ਨਾ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਲਓ ਜੀ, ਆਪਾਂ ਪੇਂਟ ਕਰਨਾ ਸ਼ੁਰੂ ਕਰ ਦਿੱਤਾ ਆ। ਪਹਿਲਾਂ ਆਪਾਂ ਇਹਦੇ ਵਿੱਚ ਵਾਈਟ ਕਲਰ ਫਿੱਲ ਕਰਾਂਗੇ, ਫਿਰ ਆਪਾਂ ਇਹਨੂੰ ਅੱਗੋਂ ਜੋ ਵੀ ਇਹਨਾਂ ਪੇਂਟ ਕਰਨਾ, ਮਿਕਸਿੰਗ ਸ਼ੇਡ ਦੇਣੀ ਹੈ, ਉਹ ਫਿਰ ਬਾਅਦ ਦੇ ਵਿੱਚ ਕਰਾਂਗੇ ਜੀ। ਦੇਖਿਓ ਸਾਰੀ ਵੀਡੀਓ ਨੂੰ ਕਿ ਆਪਾਂ ਕਿਵੇਂ ਪੇਂਟ ਕਰਦੇ ਹਾਂ ਬਣੀ ਨੂੰ। ਇੱਕ ਕੁਛ ਕੁ ਸਾਡੇ ਫੈਨ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੈ, ਇਹ ਥੋੜ੍ਹਾ ਚੂੰ ਚੂੰ ਕਰਦਾ ਹੈ ਅਤੇ ਵੀਡੀਓ ਦੇ ਵਿੱਚ ਥੋੜ੍ਹੀ ਜਿਹੀ ਡਿਸਟਰਬ ਹੁੰਦਾ ਹੈ। ਬਟ ਫਿਰ ਵੀ ਅੱਜ ਗਰਮੀ ਹੋਣ ਦੇ ਕਾਰਨ ਸਾਨੂੰ ਫੈਨ ਚਲਾਉਣਾ ਪੈ ਰਿਹਾ, ਅਤੇ ਤਾਂ ਕਰਕੇ ਥੋੜ੍ਹੀ ਜਿਹੀ ਹੋ ਗਈ। ਅਤੇ ਬਾਕੀ ਵੀਡੀਓ ਪੂਰੀ ਦੇਖਿਓ ਜੀ ਅੱਜ, ਅਤੇ ਅਸੀਂ ਚੈਨਲ ਦੇ ਉੱਪਰ ਸ਼ੋਰਟ ਵੀਡੀਓ ਵੀ ਪਾਉਣੀ ਆ, ਉਹ ਵੀ ਦੇਖਿਆ ਕਰੋ, ਸ਼ੋਰਟ ਵੀਡੀਓ ਨੂੰ ਵੀ ਦੇਖਿਆ ਕਰੋ। ਸ਼ੋਰਟ ਵੀਡੀਓ ਦੇ ਵਿੱਚ ਅਸੀਂ ਕਾਰਟੂਨ ਦੀ ਸਿਰਫ ਵੀਡੀਓ ਪਾਈ ਹੁੰਦੀ ਆ, ਬਾਕੀ ਸਾਰੀ ਪੇਂਟਿੰਗ ਦੀ ਵੀਡੀਓ ਉਸੇ ਚੈਨਲ ਦੇ ਸ਼ੋਰਟ ਚੈਨਲ 'ਤੇ ਹੀ ਪਈ ਹੁੰਦੀ ਹੈ, ਤੁਸੀਂ ਉਹ ਵੀ ਵੀਡੀਓ ਪੂਰੀ ਦੇਖਿਆ ਕਰੋ। ਦੇਖੋ ਆਈਜ਼ ਦੇ ਵਿੱਚ ਆਪਾਂ ਬਲੈਕ ਸ਼ੇਡ ਦੇ ਚੁੱਕੇ ਹਾਂ, ਹੁਣ ਆਪਾਂ ਥੋੜ੍ਹੀ ਜਿਹੀ ਬਰਾਊਨ ਦੀ ਬਣੀ ਦੀ ਆਈਜ਼ ਉਹਨੂੰ ਆਪਾਂ ਹੁਣ ਬਰਾਊਨ ਸ਼ੇਡ ਦੇਣ ਜਾ ਰਹੇ ਹਾਂ।
नहीं मैं जस्ट लो जी अज की पेंटिंग अपनी हो चुकी है तैयार बन के रेडी है। कमेंटा के दसो अज की पेंटिंग कहो जी लगी है। नवी पेंटिंग तैयार की है बिल्कुल सोहने सोहने कमेंट कर दौ इस पेंटिंग के उपर।
ਲਓ ਜੀ ਇਹ ਸਾਰੀ ਪੇਂਟਿੰਗ ਆਪਣੀ ਤਿਆਰ ਆ। ਇਹ ਤੁਸੀਂ ਬੱਚਿਆਂ ਦੇ ਕਿਸੇ ਵੀ ਟੀ ਸ਼ਰਟ ਦੇ ਉੱਪਰ, ਛੋਟੇ ਬੱਚਿਆਂ ਦੇ ਸੂਟ ਦੇ ਉੱਪਰ ਕਿਤੇ ਵੀ ਬਣਾ ਸਕਦੇ ਜੀ। ਛੋਟੇ ਬੱਚਿਆਂ ਲਈ ਛੋਟੇ ਪੇਲੋਸ ਜਿਹੜੇ ਤਿਆਰ ਕਰਦੇ ਹਾਂ ਉਹਦੇ ਉੱਪਰ ਤਿਆਰ ਕਰ ਸਕਦੇ ਜੀ। ਤੁਸੀਂ ਕਿੱਟ ਦੇ ਉੱਪਰ ਤਿਆਰ ਕਰ ਸਕਦੇ ਜੀ, ਇਹਨੂੰ ਕਿਤੇ ਵੀ ਰੈਡੀ ਕਰ ਸਕਦੇ ਜੀ। ਚਾਹੇ ਤੁਸੀਂ ਆਪਣੀ ਦੀਵਾਰ 'ਤੇ ਵੀ ਇਸ ਨੂੰ ਕਲਰ ਦੇ ਨਾਲ ਬਣਾ ਸਕਦੇ ਹੋ। ਸਭ ਤੋਂ ਪਹਿਲਾਂ ਆਪਣੀ ਦੀਵਾਰ 'ਤੇ ਇਹਨੂੰ ਪੈਨਸਲ ਨਾਲ ਡਰਾ ਕਰ ਲਓ, ਫਿਰ ਇਹਦੇ ਵਿੱਚ ਪੇਂਟ ਫਿਲ ਕਰ ਲਓ ਅਤੇ ਨਾਲੇ ਕਮੈਂਟਾਂ ਦੇ ਵਿੱਚ ਦੱਸੋ ਕਿ ਪੇਂਟਿੰਗ ਕਿਹੋ ਜਿਹੀ ਬਣੀ ਆ। ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕਨ ਦਬਾ ਦਿਓ ਅਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ ਤਾਂ ਜੋ ਅਸੀਂ ਅਗਲੀ ਵੀਡੀਓ ਵੀ ਤੁਹਾਡੇ ਕੋਲ ਲੈ ਕੇ ਆ ਸਕੀਏ। ਅਤੇ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਨਵੇਂ ਬਲੌਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ ਜੀ।